ਮਨਾਲੀ ਵਿੱਚ ਸ਼ੁੱਕਰਵਾਰ ਨੂੰ ਲਾਪਤਾ ਹੋਏ ਤਿੰਨ ਵਿਅਕਤੀਆਂ ਦੇ ਮੌਤ ਹੋਣ ਦੀ ਖਬਰ ਹੈ। ਬ੍ਰਿਟਿਸ਼ ਸੈਲਾਨੀ ਤੋਂ ਇਲਾਵਾ ਦੋ ਭਾਰਤੀ ਜ਼ਮੀਨ ਖਿਸਕਣ ਦੇ ਸ਼ਿਕਾਰ ਬਣ ਗਏ। ਬਿਆਸਕੁੰਡ ਕੋਲ ਇਹ ਜ਼ਮੀਨ ਖਿਸਕੀ ਹੈ। 10 ਮੈਂਬਰਾਂ ਵਾਲੀ ਇਹ ਟੀਮ ਸ਼ਿਟੀਧਾਰ ਦੀਆਂ ਚੋਟੀਆਂ ਤੋਂ ਟਰੈਕਿੰਗ ਕਰਕੇ ਵਾਪਸ ਪਰਤ ਰਹੀ ਸੀ ਕਿ ਰਸਤੇ ਵਿੱਚ ਤਿੰਨ ਵਿਅਕਤੀ ਉਹਨਾਂ ਤੋਂ ਵੱਖ ਹੋ ਗਏ। ਮਰਨ ਵਾਲਿਆਂ ਵਿੱਚ ਬ੍ਰਿਟਿਸ਼ ਨਾਗਰਿਕ ਦਾ ਨਾਮ ਐਲਨ ਸਟੇਟਰ ਹੈ ਸੀ, ਜਦਕਿ ਇੱਕ ਵਿਅਕਤੀ ਦਿੱਲੀ ਦੀ ਇੱਕ ਕੰਪਨੀ ਦਾ ਕਰਮਚਾਰੀ ਸੀ। ਉੱਧਰ ਤੀਜਾ ਵਿਅਕਤੀ ਪਾਲਮਪੁਰ ਦਾ ਰੋਹਿਤ ਸੀ। ਰੋਹਿਤ ਦੀ ਲਾਸ਼ ਹਾਲੇ ਤੱਕ ਬਰਾਮਦ ਨਹੀਂ ਹੋ ਸਕੀ ਹੈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।